कमेटी के विद्यक अदारे संकट के विच क्यों ने? संकट श्रोमणी गुरुद्वारा प्रबंधक बोर्ड के जिहड़े विद्यक अदारे ने उन्हां विच दो किस्म का संकट चल रहा है। उच्च पदरी जिहड़े आगू ने उन्होंने इस कॉलेज स्कूल संभाल रखे। अच्छा, ये तुसी किस दावे ते कह सकते हो? ते फिर कॉलेज मतलब वित्ती घाटे का शिकार क्यों हो रहे ने जे इन्ना कोल दे ने कॉलेज की करिए? भी जो स्कूल चो चैकिंग करन तो बाद बाहर पैर पुटदे उदू पहला सानू टेलीफोन कट जांदा है कि श्रोमणी अकाली दल दे जिहड़े आगू साहिबान उहनां दे किन्ने बच्चे जिहड़े नौकरी कर रहे ने। अच्छा, मेरा कहिंदा घट्टो घट्ट एक दर्जन दे नेड़े तेरे बच्चे इहनां दे निकलणगे। यानी कि श्रोमणी कमेटी मैंबर नहीं, उह कहिंदे होणे चाहीदे श्रोमणी अकाली दल दे लीडर भावें आई जाण। ट्रस्टां दा मसला हैगा, जिहड़े ट्रस्टी हैगे ने उह किन्ना कु नुकसान कर रहे ने? 1920 दे विच लड़ाई लड़ के महंत नारायणू तो तां श्रोमणी कमेटी नूं आजाद करा लिया सी, इहनां नूं आजाद करा ही नहीं जा सकदा इहनां तों। ना तां उह दो यूनिवर्सिटियां दा साडे कोल हिसाब किताब आउंदा हैगा, ना ही ਜਿਹੜੇ ਉਹ ਇੰਸਟੀਚਿਊਸ਼ਨ ਜਿਹੜੇ ਉਹ ਕਹਿ ਦਿੰਦੇ ਨੇ ਕਿ ਉਹਨਾਂ ਦਾ ਸਾਡੇ ਕੋਲ ਹਿਸਾਬ ਕਿਤਾਬ ਹੁੰਦਾ ਹੈ। ਘਾਲਣਾਵਾਂ ਘਾਲ ਕੇ ਬਣੀ ਸਿੱਖਾਂ ਦੀ ਸ਼ਾਨਾ ਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨਾਲ ਜੁੜੇ ਖਾਸ ਪ੍ਰੋਗਰਾਮ ਸ਼੍ਰੋਮਣੀ ਸੰਸਥਾ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਖਾਲਸ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲਾ ਪ੍ਰਚਾਰ ਹੀ ਨਹੀਂ ਕਰਦੀ, ਪੰਜਾਬ ਸਮੇਤ ਕਈ ਹੋਰ ਥਾਵਾਂ 'ਤੇ ਕਮੇਟੀ ਨੇ ਬੜੇ ਵਿੱਦਿਅਕ ਅਦਾਰੇ ਵੀ ਖੋਲ੍ਹੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 33 ਕਾਲਜ ਨੇ ਅਤੇ 52 ਸਕੂਲ ਖੋਲ੍ਹੇ ਗਏ ਨੇ। ਇਹਨਾਂ ਸਕੂਲਾਂ ਕਾਲਜਾਂ ਦੇ ਰਾਹੀਂ ਜਿੱਥੇ ਸ਼੍ਰੋਮਣੀ ਕਮੇਟੀ ਨੇ ਵਿੱਦਿਆ ਦਾ ਪ੍ਰਸਾਰ ਕਰਨ ਦੇ ਵਿੱਚ ਯੋਗਦਾਨ ਪਾਇਆ ਹੈ, ਉੱਥੇ ਬੜੇ ਹੀ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਵੀ ਕਰਵਾਉਂਦੀ ਹੈ ਕਮੇਟੀ। ਪਰ ਅੱਜ ਆਖਿਰਕਾਰ ਅਜਿਹਾ ਕੀ ਹੋ ਗਿਆ ਕਿ ਕਮੇਟੀ ਦੇ ਜਿਹੜੇ ਵਿੱਦਿਅਕ ਅਦਾਰੇ ਨੇ ਉਹ ਸੰਕਟ ਦੇ ਵਿੱਚ ਨੇ? ਕਿਹੜਾ ਸੰਕਟ ਹੈ, ਆਰਥਿਕ ਸੰਕਟ ਹੈ ਜਾਂ ਫਿਰ ਵਿੱਦਿਅਕ ਸੰਕਟ ਹੈ? ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਅੱਜ ਫਿਰ ਸਾਡੇ ਨਾਲ ਮੁੱਖ ਮਹਿਮਾਨ ਜੁੜੇ ਨੇ, SGPC ਦੇ ਮੌਜੂਦਾ ਮੈਂਬਰ ਮਾਸਟਰ ਮਿੱਠੂ ਸਿੰਘ ਕਾਨੇ ਕੇ, ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਰਹਿ ਚੁੱਕੇ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਕਮੇਟੀ ਦੇ ਵਿੱਦਿਅਕ ਅਦਾਰੇ ਸੰਕਟ ਦੇ ਵਿੱਚ ਕਿਉਂ ਨੇ? ਇਹ ਅਸੀਂ ਤੁਹਾਡੇ ਤੋਂ ਸਵਾਲ ਤਾਂ ਪੁੱਛ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਬੜੇ ਤੁਸੀਂ ਆਰਟੀਕਲ ਲਿਖੇ ਨੇ, ਔਰ ਪਿਛਲੇ ਮਾਰਚ ਮਹੀਨੇ ਦੇ ਵਿੱਚ 2022 ਦੇ ਵਿੱਚ ਤੁਸੀਂ ਚੰਡੀਗੜ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਵੀ ਤੁਸੀਂ ਕਿਹਾ ਹੈ ਕਿ ਕਮੇਟੀ ਦੇ ਜਿਹੜੇ ਵਿੱਦਿਅਕ ਅਦਾਰੇ ਨੇ ਉਹ ਸੰਕਟ ਦੇ ਵਿੱਚ ਨੇ। ਕਿਹੜਾ ਸੰਕਟ ਹੈ? ਸੰਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਜਿਹੜੇ ਵਿੱਦਿਅਕ ਅਦਾਰੇ ਨੇਗੇ ਉਹਨਾਂ ਵਿੱਚ ਦੋ ਕਿਸਮ ਦਾ ਸੰਕਟ ਚੱਲ ਰਿਹਾ। ਪਹਿਲਾਂ ਤਾਂ ਵਿੱਦਿਅਕ ਸੰਕਟ ਹੈ ਜਿਹਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲਜਾਂ 'ਚ ਦਿਨੋਂ ਦਿਨ ਘੱਟ ਰਹੀ ਹੈ ਜੀ, ਅਤੇ ਦੂਸਰਾ ਹੈਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਅਦਾਰਿਆਂ ਉੱਤੇ ਆਰਥਿਕ ਸੰਕਟ ਚੱਲ ਰਿਹਾ ਹੈਗਾ ਜੀ। ਜੀ, ਵਿੱਦਿਅਕ ਸੰਕਟ ਕਿਉਂ ਚੱਲ ਰਿਹਾ ਹੈਗਾ? ਵਿੱਦਿਆ ਦੇ ਤੌਰ 'ਤੇ ਇਹ ਇਹਨਾਂ ਨੇ ਕਿਸ ਕਿਸਮ ਦੀ ਸਕੂਲਾਂ ਦੇ ਵਿੱਚ ਪੜ੍ਹਾਈ ਦੀ ਵਿਵਸਥਾ ਕੀਤੀ ਹੋਈ ਹੈ? ਅੱਜ ਪੜ੍ਹਾਈ ਦਾ ਮਤਲਬ ਮਿਆਰ ਘੱਟ ਗਿਆ, ਇਸ ਕਰਕੇ ਵਿਦਿਆਰਥੀਆਂ ਦੀ ਗਿਣਤੀ? ਦੇਖੋ, ਜੋ ਸਨ 2000 ਤੋਂ ਲੈ ਕੇ 2022 ਆ ਗਿਆ, ਇਹ ਪੀਰੀਅਡ ਇੱਕ ਪ੍ਰਾਈਵੇਟ ਅਦਾਰਿਆਂ ਲਈ ਵਿੱਦਿਅਕ ਅਦਾਰਿਆਂ ਲਈ ਸੁਨਹਿਰੀ ਪੀਰੀਅਡ ਰਿਹਾ। ਕਹਿ ਸਕਦੇ ਹਾਂ ਆਪਾਂ ਵੀ ਜੇ ਕਿਸੇ ਨੇ ਪ੍ਰਾਈਵੇਟ ਸਕੂਲ 4 ਕਮਰੇ ਪਾ ਕੇ ਖੜਾ ਕਰ ਲਿਆ ਤਾਂ ਅੱਜ ਉਹਨਾਂ ਉਹਦਾ ਕਾਲਜ ਬਣ ਗਿਆ ਜੀ। ਹਾਂ, ਅਤੇ ਕੋਈ ਵੀ ਸਕੂਲ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਜੋ ਵੀ ਪ੍ਰਾਈਵੇਟ ਸਕੂਲ ਚੱਲ ਰਹੇ ਨੇ ਕੋਈ ਘਾਟੇ 'ਚ ਨਹੀਂ ਹਨ, ਔਰ ਇਹਨਾਂ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਵੀ ਘੱਟੋ ਘੱਟ 1500 ਤੋਂ ਵੱਧ ਤੋਂ ਵੱਧ 5000 ਵੀ ਚੱਲ ਰਹੀ ਹੈ ਬਹੁਤ ਸਾਰੇ ਸਕੂਲਾਂ 'ਚ। ਇਵੇਂ ਜੇਕਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਨੇਗੇ ਜਿਹਦੇ 'ਚ 6ਵੀਂ ਤੋਂ ਲੈ ਕੇ ਇਹ 11ਵੀਂ ਤੱਕ ਦੇ 12ਵੀਂ ਤੱਕ ਦੇ ਬੱਚੇ ਇੱਥੇ ਪੜ੍ਹਦੇ ਨੇਗੇ, ਇਹਨਾਂ ਦੀ ਵੀ ਗਿਣਤੀ ਹੈ ਜਿਹੜੀ ਕਿਸੇ ਵੀ ਸੀਨੀਅਰ ਸੈਕੰਡਰੀ ਸਕੂਲ 'ਚ ਹੈ 1000-1500 ਤੋਂ ਲੈ ਕੇ ਇਹ ਤਕਰੀਬਨ 3000 ਤੱਕ ਇਹਨਾਂ ਦੀ ਗਿਣਤੀ ਹੈ, 4000 ਤੋਂ ਵੱਧ ਵੀ ਚੱਲ ਰਹੀ ਹੈ। ਠੀਕ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਸਕੂਲਾਂ ਦੀ ਗੱਲ ਕਰ ਲਈਏ, ਸਕੂਲਾਂ ਦੇ ਵਿੱਚ ਤਕਰੀਬਨ ਜਿਹੜੇ 44 ਸਕੂਲ ਨੇਗੇ ਉਹਨਾਂ ਵਿੱਚ ਤਾਂ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਨੇਗੇ ਉਹਨਾਂ ਦੀ ਗਿਣਤੀ ਕੁੱਲ ਕੋਈ 350-400 ਦੇ ਨੇੜੇ ਤੇੜੇ। ਠੀਕ ਹੈ, ਪ੍ਰਤੀ ਸਕੂਲ ਇਹ ਗਿਣਤੀ ਜਿਹੜੀ ਸੀਗੀ ਇਹ ਕਿਸੇ ਟਾਈਮ ਇਹਨਾਂ ਸਕੂਲਾਂ ਦੇ ਵਿੱਚ 800-800 ਪ੍ਰਤੀ ਸਕੂਲ ਗਿਣਤੀ ਸੀ, ਕਿਸੇ 900 ਵੀ ਸੀ, ਕਿਸੇ 800 ਸੀਗੀ। ਹਰ ਸਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਹਰ ਸਾਲ ਵਿਦਿਆਰਥੀ ਗਿਣਤੀ ਹੈ ਜਿਹੜੀ ਇਹ 8-10% ਹਰ ਸਾਲ ਘੱਟਦੀ ਤੁਰੀ ਆ ਰਹੀ ਹੈ ਵਿਦਿਆਰਥੀ ਗਿਣਤੀ। ਇਹ ਵਿਦਿਆਰਥੀ ਗਿਣਤੀ ਤਕਰੀਬਨ ਜੇ ਸਕੂਲਾਂ ਵਿੱਚ ਲਾ ਲਈਏ ਤਾਂ ਸਕੂਲਾਂ ਵਿੱਚ ਇਸ ਸਮੇਂ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਇਹ ਮਤਲਬ 21% ਘੱਟ ਗਈ।
मैं 2021-22 दे विच विद्यार्थियों की गिणती है जिहड़े 21% घट गई, जदों कि 2019-20 दा मेरे कोल अंकड़ा है उहदे विच विद्यार्थियों की जिहड़ी गिणती है स्कूलों दे विच उह सीगी 25,000 दे नेड़े तेरे सीगी 25,000 21 और 52 स्कूलों के 21-22 के घटती घटती 20,000 रह गई, 25,000 तो 5,000 बच्चा सीधे तौर पर घट गया एक साल। इवें जिकरी कालजां दी स्थिति है, कालजां दी गिणती तकरीबन है 33 कालजां दी गिणती, 33 कालज ने जिहड़े इन्हां विच तकरीबन 11 कालज ने जिहड़े वो ग्रांट इन एड ने, यानी 95% इन्हां कालजां नूं जिहड़ी हैगी है तनखाह जिहड़ी वो सरकार दिंदी है। इस तरह तकरीबन लगभग जिहड़े 22 कालज नेगे जिहड़े पंजाब दे विच ना ते हरियाणा दे विच ना, वो कालज ने जिहड़े अनएडेड कालज ने, ठीक है, इह उहनां नूं तनखाह कमेटी उहनां नूं तनखाह कमेटी दिंदी हैगी। इन्नी कु कुल गिणती है जिहनूं 33 दे लगभग 4 कालज ਜਿਹੜੇ ਨੇ ਉਹ ਬੰਬਈ ਵਿਖੇ ਨੇਗੇ, ਉਹ ਵੱਖਰੇ ਚਾਲ ਉਹ ਵੀ ਗ੍ਰਾਂਟ ਨੇ ਏਡ ਕਾਲਜ ਨੇਗੇ ਉਹ ਬੰਬਈ ਵਿਖੇ ਨੇਗੇ। ਮੈਂ 33 ਕਾਲਜਾਂ ਦੀ ਪੰਜਾਬ ਤੇ ਹਰਿਆਣਾ ਵਿੱਚ ਜੋ ਚੱਲ ਰਹੇ ਨੇ ਮੈਂ ਇਹਨਾਂ ਦੀ ਹੀ ਗੱਲ ਤੁਹਾਡੇ ਸਾਹਮਣੇ ਰੱਖਣ ਲੱਗਿਆ ਗਾ। ਸਕੂਲਾਂ ਦੀ ਗੱਲ ਰੱਖਣ ਲੱਗਿਆ, ਕਾਲਜਾਂ ਦੀ ਗੱਲ ਰੱਖਣ ਲੱਗਿਆ। ਸਕੂਲਾਂ ਦੀ ਵਿਦਿਆਰਥੀਆਂ ਦੀ ਗਿਣਤੀ ਮੈਂ ਤੁਹਾਨੂੰ ਦਰਸਾ ਦਿੱਤੀ ਕਿ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਇੰਨੀ ਘੱਟ ਰਹੀ ਹੈ ਜੀ। ਕੁਝ ਤਕਰੀਬਨ ਸਕੂਲਾਂ 8 ਸਕੂਲ ਨੇ ਜਿਹੜੇ ਉਹ ਆਤਮ ਨਿਰਭਰ ਪੰਜਾਬ ਦੇ ਵਿੱਚ ਇਸ ਵਕਤ, ਯਾਨੀ ਉਹ 8 ਸਕੂਲ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਪ੍ਰਤੀ ਸਕੂਲ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਆ ਉਹ 500 ਤੋਂ ਲੈ ਕੇ ਇਹ 1,200 ਤੱਕ ਹੈ ਇਹਨਾਂ ਸਕੂਲਾਂ ਵਿੱਚ। ਬਾਕੀ ਜਿਹੜੇ ਸਕੂਲ ਆਤਮ ਨਿਰਭਰ ਦਾ ਮਤਲਬ ਹੈ ਕਿ ਆਪਣੇ ਖਰਚੇ ਆਪ ਆਪਣੇ ਆਪਣੇ ਤਨਖਾਹ ਖਰਚੇ ਆਪ ਕੱਢਣ ਦੇ ਸਥਿਤੀ ਵਿੱਚ ਨੇ, ਠੀਕ ਹੈ। ਵੀ ਬਾਕੀ ਸਕੂਲ ਜਿਹੜੇ ਤਕਰੀਬਨ ਉਹ ਸਾਰੇ ਹੀ ਘਾਟੇ ਵਿੱਚ ਨੇਗੇ, ਜਿਹੜੇ 44 ਸਕੂਲ ਨੇਗੇ ਇਹਨਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈਗੀ, ਇਹਨਾਂ ਸਕੂਲਾਂ ਵਿੱਚ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਅਧਿਆਪਕਾਂ ਨੂੰ। ਇਹਨਾਂ ਸਕੂਲਾਂ ਦਾ ਜਿਹੜਾ ਦੂਜਾ ਸੰਕਟ ਇਹ ਵੀ ਹੈ, ਕਦੇ ਵੀ ਉੱਪਰੋਂ ਆ ਕੇ ਸਾਡਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਣਿਆ ਹੋਇਆ, ਉਹਨਾਂ ਨੇ ਕਦੇ ਵਿੱਦਿਆ ਦੀ ਕੋਈ ਚੈਕਿੰਗ ਨਹੀਂ ਕੀਤੀ, ਕਿਵੇਂ ਵਿੱਦਿਆ ਪੜ੍ਹਾਈ ਜਾ ਰਹੀ ਹੈ, ਕਿਵੇਂ ਟੀਚਰ ਵਿੱਦਿਆ ਪੜ੍ਹਾ ਰਹੇ ਨੇ, ਨਾ ਹੀ ਟੀਚਰਾਂ ਦੀਆਂ ਕੋਈ ਡਿਗਰੀਆਂ ਕਦੇ ਚੈੱਕ ਕੀਤੀਆਂ ਨੇਗੀਆਂ ਕਿ ਇਹਨਾਂ ਕੋਲ ਜੋ ਡਿਗਰੀਆਂ ਨੇਗੀਆਂ ਉਹ ਕਿਤੇ ਮਤਲਬ ਫੈਂਕ ਯੂਨੀਵਰਸਿਟੀ ਇਹ ਤੋਂ ਤਾਂ ਨਹੀਂ ਲਿਆ ਕੇ ਇਹਨਾਂ ਨੇ ਸਾਨੂੰ ਡਿਗਰੀਆਂ ਭਰਤੀ ਹੋ ਗਏ। ਸੋ ਨਾ ਕਾਲਜਾਂ ਵਿੱਚ ਕਦੇ ਡਿਗਰੀਆਂ ਚੈੱਕ ਕੀਤੀਆਂ ਨੇਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਸਕੂਲਾਂ ਵਿੱਚ ਡਿਗਰੀਆਂ ਚੈੱਕ ਕੀਤੀਆਂ ਨੇ, ਜਿਹੜੀ ਕਿ ਅੱਜ ਪੰਜਾਬ ਸਰਕਾਰ ਦਿਹਾਈ ਦੇ ਰਹੀ ਹੈ ਵੀ ਭਰਤੀਆਂ ਵਿੱਚ ਸਰਕਾਰੀ ਭਰਤੀਆਂ ਵਿੱਚ ਵੀ ਇਹ ਬਹੁਤ ਸਾਰੇ ਜਿਹੜੇ ਬੱਚੇ ਨੇਗੇ ਉਹ ਜਾਲੀ ਡਿਗਰੀਆਂ ਲੈ ਕੇ ਭਰਤੀ ਹੋਏ ਨੇਗੇ। ਪਰ ਸ਼੍ਰੋਮਣੀ ਕਮੇਟੀ ਅੰਦਰ ਤਾਂ ਜਮੀ ਕਿਸੇ ਨੇ ਕਦੇ ਪੜਤਾਲ ਨਹੀਂ ਕੀਤੀ, ਨਾ ਕਾਲਜਾਂ 'ਚ ਪੜਤਾਲ ਕਰਾਈ ਹੈ, ਨਾ ਸਕੂਲਾਂ 'ਚ ਪੜਤਾਲ ਕਰਾਈ ਹੈ। ਔਰ ਅਦਰਵਾਈਜ਼ ਜੇ ਦੇਖਿਆ ਜਾਵੇ ਤਾਂ ਲੋਕਾਂ ਨੂੰ ਦੇਖਣ ਤੋਂ ਇਹ ਲੱਗਦਾ ਕਿ ਜਦੋਂ ਅਧਿਆਪਕਾਂ ਦੀ ਭਰਤੀ ਹੁੰਦੀ ਹੈ ਤਾਂ ਬਾਕਾਇਦਾ ਟੈਸਟ ਲਿਆ ਜਾਂਦਾ ਹੈ, ਯਾਨੀ ਕਿ ਉੱਥੇ ਵੀ ਫਿਰ ਹੇਰਾ ਫੇਰੀ ਹੋਈ ਜਾਂਦੀ ਹੈ। ਹਾਂ, ਹੇਰਾ ਫੇਰੀ ਫਿਰ ਇਸ ਕਰਕੇ ਜਿਹੜੇ ਇਹ ਵਿਦਕ ਸੰਕਟ ਹੈ ਜਿਹੜਾ ਉਹ ਇਸ ਕਰਕੇ ਵੀ ਹੈ ਕਿ ਆਧੁਨਿਕ ਢੰਗ ਨਾਲ ਜਿਹੜੀ ਪੜ੍ਹਾਈ ਹੈ ਇਹਨਾਂ ਸਾਡੇ ਸਕੂਲਾਂ ਵਿੱਚ ਨਹੀਂ ਕਰਵਾਈ ਜਾ ਰਹੀ ਜੀ। ਉਹਨੂੰ ਵੀ ਪ੍ਰੋਪਰ ਸਾਡੇ ਉੱਥੇ ਕੰਪਿਊਟਰ ਹੋਣ, ਆਪਣੇ ਜੋ ਪ੍ਰੋਜੈਕਟਰ ਨੇਗੇ ਉਹ ਲੱਗੇ ਹੋਣ ਕਲਾਸਾਂ ਦੇ ਵਿੱਚ, ਉਹਨਾਂ ਰਾਹੀਂ ਉਹ ਬੱਚੇ ਪੜ੍ਹਦੇ ਹੋਣ, ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਆ, ਉਹਦਾ ਮੁਕਾਬਲਾ ਸਾਨੂੰ ਉੱਥੇ ਕਰਨਾ, ਉਦੋਂ ਵੀ ਵੱਧ ਵਧੀਆ ਢੰਗ ਨਾਲ ਸਾਨੂੰ ਉਹ ਟੈਕਨੀਕ ਨਾਲ ਕਰਨਾ ਚਾਹੀਦਾ। ਸਾਡੀ ਜਿਹੜੀ ਬੇਸਿਕ ਇਨਫਰਾਸਟ੍ਰਕਚਰ ਹੈ ਇਹ ਪਿਛਲੇ ਸਮੇਂ ਬੜੀ ਖੜੋਤ 'ਚ ਰਹੀ ਹੈ ਜੀ, ਹੁਣ ਵੀ ਇਸ ਵਕਤ ਖੜੋਤ 'ਚ ਚੱਲ ਰਹੀ ਹੈ ਸਕੂਲਾਂ ਦੀ, ਜਿਸ ਕਰਕੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਹੈ ਵੱਧ ਨਹੀਂ ਰਹੀ, ਸਗੋਂ ਦਿਨੋਂ ਦਿਨ ਘੱਟ ਰਹੀ ਹੈਗੀ ਜੀ ਜੀ। ਅਤੇ ਇਹ ਤਾਂ ਤੁਸੀਂ ਦੱਸਤਾ ਕਿ ਵਿੱਦਿਅਕ ਪੱਧਰ 'ਤੇ ਜਿਹੜਾ ਨੁਕਸਾਨ ਹੋ ਰਿਹਾ ਹੈ, ਦੋ ਤਰ੍ਹਾਂ ਦੇ ਘਾਟੇ ਨੇ ਜਿਹੜੇ ਸਹਿਣੇ ਪੈ ਰਹੇ ਨੇ। ਦੂਸਰਾ ਹੋ ਗਿਆ ਆਰਥਿਕ ਪੱਧਰ 'ਤੇ, ਆਰਥਿਕ ਪੱਧਰ 'ਤੇ ਕਿਉਂ ਮਤਲਬ ਘਾਟੇ ਦੇ ਵਿੱਚ ਜਾ ਰਹੇ ਨੇ ਵਿਦਿਆਰਥੀ? ਆਪਾਂ ਜੇ ਦੇਖ ਲਈਏ ਕਿ ਇੰਨੇ ਵੀ ਜ਼ਿਆਦਾ ਨਹੀਂ ਘੱਟ ਕੇ ਵਿਦਿਆਰਥੀਆਂ ਦੀ ਫੀਸ ਤੋਂ ਖਰਚੇ ਨਾ ਕੱਢੇ ਜਾ ਸਕਣ। ਹਾਂਜੀ, ਇਹ ਵੀ ਜਿਹੜੀ ਬਹੁਤ ਵੱਡੀ ਤੁਸੀਂ ਅਹਿਮ ਗੱਲ ਕਹਿਤੀ ਹੈ, ਵਿਦਿਆਰਥੀਆਂ ਦੀ ਜਿਹੜੀ ਨਾਲ ਜਿਹੜੇ ਵਿੱਦਿਅਕ ਅਦਾਰੇ ਨੇ ਜਿਹੜੇ ਇਹ ਘਾਟੇ ਵਿੱਚ ਕਿਉਂ ਨੇਗੇ? ਦੇਖੋ, ਹਰ ਸਾਲ ਪਿਛਲੇ 4 ਸਾਲਾਂ ਦੇ ਅੰਕੜੇ ਚੱਕ ਲਈਏ ਤਾਂ ਹਰ ਸਾਲ ਵਿੱਦਿਅਕ ਅਦਾਰੇ ਨੇ ਕੋਈ 35 ਕਰੋੜ, ਕੋਈ 32 ਕਰੋੜ, ਕੋਈ 45 ਕਰੋੜ, ਹਰ ਸਾਲ ਤਕਰੀਬਨ ਸਾਨੂੰ ਘਾਟਾ ਜਿਹੜਾ ਉਹ ਬਜਟ ਵਿੱਚ ਦਰਸਾਇਆ ਜਾ ਰਿਹਾ, ਐਤਕੀ ਇੰਨਾ ਘਾਟਾ, ਐਤਕੀ ਇੰਨਾ ਘਾਟਾ ਹੈ। ਜੋ ਇਸ ਵਾਰ ਜੇ ਆਪਾਂ 4 ਸਾਲਾਂ ਦਾ ਵਿੱਦਿਅਕ ਅਦਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਦਫਾ 87 ਦੇ ਗੁਰਦੁਆਰਿਆਂ ਵਿੱਚੋਂ ਵਿੱਦਿਅਕ ਫੰਡ ਲੈ ਕੇ ਜਾਂ ਹੋਰ ਸਹਾਇਤਾ ਫੰਡ ਦੇ ਰੂਪ ਵਿੱਚ ਦਿੱਤਾ ਗਿਆ, 100 ਕਰੋੜ ਤੋਂ ਵੱਧ ਦੇ ਦਿੱਤਾ ਜੀ,
चार साल 100 करोड़ तो वध देण दे बावजूद भी जिहड़ा अनुमानित बजट है बजट हैगा ये गल कहिंदा है 28 करोड़ 40 लाख तो वध हजे भी घट है। ठीक है, जानी आप असी कह सकते हैं कि इन्नी जानी श्रोमणी गुरुद्वारा प्रबंधक कमेटी वालों सहायता जिहड़ी इन्हां स्कूलां नूं ते इन्हां कालजां नूं दित्ती जा रही है फिर ये क्यों घाटे च हर साल दित्ती जा रही है फिर ये क्यों घाटे च बिल्कुल इहदे विच किते तां फर्क हैगा इहदे विच हुण देखो श्रोमणी गुरुद्वारा प्रबंधक कमेटी ने डायरैक्टोरेट आफ एजुकेशन बनाया 2007 दे विच पंथ रत्न सरदार गुरचरण सिंह टौड़ा साहब इंस्टीट्यूशन बहादुरगढ़ विखे वह खोलिया गया हूँ आके उस डायरैक्टर ने जिहड़ा हैगा उन्हें इस्तीफा दिता तो उहदा जिहड़ा उत्थे जिहड़े स्टाफ है जिहड़ा 2007 तो लैके अप टू 2022 तक कदे भी पूरा उत्थे स्टाफ नहीं सीगा जिहड़ा चैकिंग वास्ते वरतों की जा सके जिन्हां दी प्रॉपर उन्हां दीआं सर्विस बुकां मेनटेन कर सकते हैं जिहड़ा पेवल उन्हां दे उह कर सकते हैं स्कूलां कालजां दे सही ढंग नाल चैक कर सकते हैं उह जिहा स्टाफ उत्थे है ही नहीं सी हुण उहदे दो हिस्से करते स्कूलों का प्रबंध ये अंबरसर साहब लै गए चाह के दफ्तर चे कालजा का प्रबंध उत्थे रह गया बहादुरगढ़ रह गया हुण जो पहला एक एजुकेशन ऑफ डायरेक्टोरेट एक सीगा उदो तो इन्हों का स्टाफ पूरा नहीं होया उदो तो स्कूलों के आके कालजा के आके थलड़ी पद्धर से आके इन्होंने विद्यक स्थिति की की है कि नहीं कदे विद्यक मुलांकन ही नहीं इन्होंने किया हुण किवें करन दो सेंटर बना लेने दूजी इन्हों घाट है जी इन स्कूलों के विशेष तौर पर यह चलती है कालजा भी चलती है अध्यापक मापे संस्थावां सरकारी स्कूलों च होणगीआं सरकारी स्कूलों में हर इम्तिहान का जिहड़ा मुलांकन किया जाता हर तिमाही इम्तिहान है जिहड़ा उहदा मुलांकन अध्यापक मापे संस्था जिहड़ी उह एक मीटिंग करदी है उहदे विच जिहड़ी है उहदा मुलांकन हुंदा हैगा ते पर अफसोस की गल है वी साडे तां इह ਇਹ ਹੈ ਹੀ ਨਹੀਂ ਅਧਿਆਪਕ ਮਾਪੇ ਸੰਸਥਾ ਹੀ ਨਹੀਂ ਮਤਲਬ ਸਿਸਟਮ ਹੀ ਨਹੀਂ ਬਣਿਆ ਹੋਇਆ ਸਾਡੇ ਤਾਂ ਸਿਰਫ ਇੱਕ ਮਹੀਨੇ 'ਚ ਇੱਕ ਸਨਿਚਰਵਾਰ ਰੱਖਿਆ ਇਹਨਾਂ ਨੇ ਵੀ ਮਾਪੇ ਆਉਣ ਕੋਈ ਆਪਦੇ ਆ ਕੇ ਦੇਖ ਲੈਣ ਜਿਹਨੇ ਪੁੱਛਣਾ ਮਾਪਿਆਂ ਨੇ ਪੁੱਛ ਲੈਣ ਸਾਥੋਂ ਤੇ ਉਹਨਾਂ ਦੀ ਕੋਈ ਬਹੁਤੀ ਵਧੀਆ ਵਿਵਸਥਾ ਨਹੀਂ ਹੈ ਸੋ ਭਾਈ ਸਾਹਿਬ ਆਪਾਂ ਦੇਖਦੇ ਹਾਂ ਕਿ ਹੁਣ ਬਹੁਤ ਸਾਰੇ ਜਿਵੇਂ ਮੈਂ ਆਪਣੀ ਗੱਲ ਕਰਾਂ ਮੈਂ ਖੁਦ ਵੀ SGPC ਦੇ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈਗੀ ਹੈ ਤੇ SGPC ਦੇ ਕਾਲਜਾਂ ਦੇ ਕਈ ਪ੍ਰੋਫੈਸਰਾਂ ਦੇ ਨਾਲ ਜਾਂ ਵਿਦਿਆਰਥੀਆਂ ਦੇ ਨਾਲ ਰਾਬਤਾ ਹੈਗਾ ਆ ਔਰ ਬਹੁਤ ਵਾਰੀ ਅਜਿਹਾ ਹੁੰਦਾ ਕਿ ਵੱਡੇ ਵੱਡੇ ਕਾਲਜ ਗੁਰੂ ਨਾਨਕ ਕਾਲਜ ਬੁਢਲਾਡਾ ਹੋ ਗਿਆ ਜਾਂ ਫਿਰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਉੱਥੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪੂਰੀਆਂ 6-6 ਮਹੀਨੇ ਲਮਕਾ ਕੇ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਔਰ ਉਹ ਵੀ ਤਾਂ ਜਦੋਂ ਸ਼੍ਰੋਮਣੀ ਕਮੇਟੀ ਫਿਰ ਉਹਨਾਂ ਨੂੰ ਗ੍ਰਾਂਟ ਦਿੰਦੀ ਹੈ ਕੁਝ ਕਰੋੜ ਰੁਪਏ ਦੀ ਜੇ ਉੱਥੇ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੈ ਫਿਰ ਵੀ ਕਮੇਟੀ ਗ੍ਰਾਂਟ ਦਿੰਦੀ ਹੈ ਅਤੇ ਕਾਲਜਾਂ ਦੀ ਜਿਹੜੀ ਫੀਸ ਹੁੰਦੀ ਹੈ ਵਿਦਿਆਰਥੀਆਂ ਦੀ ਉਹ ਕਿੱਥੇ ਚਲੀ ਜਾਂਦੀ ਹੈ ਹਾਂ ਤੁਸੀਂ ਆਪਾਂ ਕਿਉਂਕਿ ਪਹਿਲਾਂ ਸਕੂਲਾਂ ਦੀ ਗੱਲ ਕੀਤੀ ਹੈ ਹੁਣ ਆਪਾਂ ਕਾਲਜਾਂ ਦੀ ਵੀ ਗੱਲ ਕਰਦੇ ਹਾਂ ਕਾਲਜ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਵਿੱਚ 33 ਕਾਲਜ ਨੇਗੇ 33 ਕਾਲਜਾਂ ਵਿੱਚੋਂ ਤਕਰੀਬਨ 2 ਕਾਲਜ ਹੀ ਇਸ ਵਕਤ ਆਤਮ ਨਿਰਭਰ ਕਹਿ ਸਕਦੇ ਘਾਟੇ ਵਾਲੇ ਕਾਲਜ ਨਹੀਂ ਹਨ ਅਤੇ ਬਾਕੀ 31 ਕਾਲਜ ਉਹਨਾਂ ਵਿੱਚ ਆਹ ਬਜਟ ਦੇ ਵਿੱਚ ਦਰਸਾਇਆ ਗਿਆ ਵੀ ਇਹ ਘਾਟੇ ਵਿੱਚ ਚੱਲ ਰਹੇ ਨੇ ਠੀਕ ਹੈ ਦੋ ਕਾਲਜ ਕਿਹੜੇ ਆਤਮ ਨਿਰਭਰ ਨੇ ਦੋ ਇੱਕ ਗੁਰੂ ਨਾਨਕ ਕਾਲਜ ਬੁਢਲਾਡਾ ਜੀ ਅਤੇ ਇੱਕ ਕਾਲਜ ਹੈਗਾ ਫਤਿਹਗੜ੍ਹ ਸਾਹਿਬ ਮਾਤਾ ਗੁਜਰੀ ਕਾਲਜ ਠੀਕ ਹੈ ਅਤੇ ਇਹ ਅੱਜ ਜਿਹੜੀ ਸਥਿਤੀ ਇਹ ਹੈ ਕਾਲਜਾਂ ਦੀ ਜਿਹੜੀ ਸਥਿਤੀ ਹੈ ਉਹਦੇ ਦੋ ਕਾਰਨ ਇੱਕ ਇਹ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਲਬ ਸਕੱਤਰ ਸਾਹਿਬ ਤੋਂ ਲੈ ਕੇ ਹੋਰ ਜਿਹੜੇ ਬੰਦੇ ਜਿਹੜੇ ਕਹਿ ਰਹੇ ਨੇਗੇ ਵੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦਾ ਰੁਝਾਨ ਆ ਜਿਹੜਾ ਘੱਟ ਗਿਆ ਅਤੇ ਬਾਹਰ ਜਾਣ ਦਾ ਰੁਝਾਨ ਆ ਜਿਹੜਾ ਵੱਧ ਗਿਆ ਜਿਸ ਕਰਕੇ ਇਹ ਮਤਲਬ ਕਾਲਜ ਨੇ ਜਿਹੜੇ ਘਾਟੇ ਚੱਲ ਰਹੇ ਨੇਗੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ 4 ਕਾਲਜ ਨੇ ਜਿਹੜੇ ਇਹਨਾਂ 4 ਕਾਲਜਾਂ ਵਿੱਚ ਤਾਂ 5,000 ਬੱਚੇ ਹੈਗਾ ਜਾਣੀ ਇਹ ਮੈਂ ਨਹੀਂ ਕਹਿੰਦਾ ਸਗੋਂ ਇਹਨਾਂ ਦੀ ਰਿਪੋਰਟ ਕਹਿੰਦੀ ਹੈ ਇਹ ਰਿਪੋਰਟ ਇਹ ਗੱਲ ਕਹਿੰਦੀ ਹੈ ਵੀ ਆਹ 4 ਕਾਲਜ ਨੇਗੇ ਜਿਨ੍ਹਾਂ ਦੇ ਵਿੱਚ ਪ੍ਰਤੀ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਹੈਗੀ ਇਹ 2019-20 ਦੇ ਵਿੱਚ 19,600 ਤੋਂ ਵੱਧ ਗਿਣਤੀ ਹੈ ਬੱਚਿਆਂ ਦੀ ਇਹ 4 ਕਾਲਜਾਂ ਦੀ ਗਿਣਤੀ ਹੈ ਯਾਨੀ ਕਿ 5,000 ਤੋਂ 5,000 ਅਤੇ ਪਰ 29 ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 15,000 ਦੇ ਨੇੜੇ ਤੇੜੇ ਜਾਣੀ ਇੱਥੇ ਬੱਚਿਆਂ ਦੀ ਗਿਣਤੀ ਹੈ 534-535-36 ਵੱਧ ਤੋਂ ਵੱਧ ਹੈ ਕਿਸੇ 'ਚ 200 ਵੀ ਹੈ ਕਿਸੇ 'ਚ 150 ਵੀ ਹੈ ਐਵਰੇਜ 500 ਚੱਲ ਰਹੀ ਹੈ ਇਹ ਸਥਿਤੀ ਹੈ ਜਿਹੜੀ ਹਾਲਾਂਕਿ ਇੱਥੇ ਜਿਹੜਾ ਟੀਚਿੰਗ ਅਤੇ ਨਾਨ ਟੀਚਿੰਗ 1500
ਦੀ ਗਿਣਤੀ ਵਿੱਚ ਸਟਾਫ ਹੈ 29 ਕਾਲਜਾਂ 'ਚ ਸਟਾਫ ਦੀ ਗਿਣਤੀ ਪੂਰੀ ਹੈ ਸਟਾਫ ਕੰਨਿਓ ਕੋਈ ਘਾਟ ਨਹੀਂ ਪਰ ਇਹਨਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਕਿਉਂ ਦਾਖਲੇ ਤੋਂ ਕੰਨੀ ਕਤਰਾ ਰਹੇ ਨੇ ਦਾ ਵਿਦਿਆਰਥੀ ਕਿਉਂ ਨਹੀਂ ਇਹ ਕਾਲਜਾਂ ਵਿੱਚ ਦਾਖਲ ਹੋ ਰਹੇ ਇਹਨੂੰ ਇਸ ਨੂੰ ਖੋਜਣ ਦੀ ਲੋੜ ਹੈ ਇਹਨਾਂ ਦੇ ਕਾਲਜਾਂ ਦੇ ਵਿੱਚ ਜਿਹੜੀਆਂ ਪ੍ਰਬੰਧਕ ਕਮੇਟੀਆਂ ਵੀ ਇਹਨਾਂ ਨੇ ਬਣਾਈਆਂ ਨੇਗੀਆਂ ਉਹਦੇ ਵਿੱਚ ਵੀ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਦੇ ਮਤਲਬ ਆਨਰੇਰੀ ਸਕੱਤਰ ਨਹੀਂ ਹਨ ਉਹ ਜੇ ਹਨਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਨਾਂ ਦੀ ਉੱਚ ਪੱਧਰੀ ਕਮੇਟੀ ਬਣੀ ਹੈ ਜਿਹਨੂੰ ਆਪਾਂ ਮਤਲਬ ਇਹ ਨਾਂ ਦਿੰਦੇ ਨੇਗੇ ਕਿ ਇਹ ਆਪਣਾ ਅੰਤਮ ਕਮੇਟੀ ਜਿਹੜੀ ਬਣੀ ਹੈ ਉਹਨਾਂ ਦੀ ਉਹ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਇਹਨਾਂ ਵਿੱਚ ਆਨਰੇਰੀ ਸਕੱਤਰ ਬਣਾ ਰੱਖੇ ਨੇ ਚਾਹੇ ਬੁਲਾਡਾ ਦੇਖ ਲਓ ਚਾਹੇ ਮਾਤਾ ਸਾਹਿਬ ਕੌਰ ਕਾਲਜ ਫਤਿਹਗੜ੍ਹ ਸਾਹਿਬ ਦੇਖ ਲਓ ਆਪਣਾ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਹਿਬ ਦੇਖ ਲਓ ਇਵੇਂ ਜੇਕਰ ਫਤਿਹਗੜ੍ਹ ਸਾਹਿਬ ਦੇਖ ਲਓ ਇਵੇਂ ਜੇਕਰ ਹੋਰਾਂ ਸਾਰਾ ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਜਿਹੜੇ ਆਗੂ ਨੇਗੇ ਉਹਨਾਂ ਨੂੰ ਇਸ ਕਾਲਜ ਸਕੂਲ ਸੰਭਾਲ ਰੱਖੇਗੇ ਅੱਛਾ ਇਹ ਤੁਸੀਂ ਕਿਸ ਦਾਅਵੇ ਤੇ ਕਹਿ ਸਕਦੇ ਹੋ ਮੈਂ ਅਸੀਂ ਇਸ ਦਾਅਵੇ ਤੇ ਕਹਿਣਾ ਕਿਉਂਕਿ ਜਿਹੜੇ ਆਨਰੇਰੀ ਸਕੱਤਰ ਨੇ ਉਹ ਤਕਰੀਬਨ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਸਰਾ ਬਲਵਿੰਦਰ ਸਿੰਘ ਭੁੰਦਰ ਦਮਦਮਾ ਸਾਹਿਬ ਮਾਤਾ ਸਾਹਿਬ ਕੌਰ ਕਾਲਜ ਹੈਗਾ ਉਹਦੇ ਉਹ ਸਕੱਤਰ ਨੇਗੇ ਅਤੇ ਇਸ ਤਰ੍ਹਾਂ ਗੁਰੂ ਨਾਨਕ ਕਾਲਜ ਇੰਜੀਨੀਅਰਿੰਗ ਕਾਲਜ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਆ ਉਹਦਾ ਜਿਹੜਾ ਕਿ ਉਸ ਕਮੇਟੀ ਦਾ ਆਨਰੇਰੀ ਸਕੱਤਰ ਹੈ ਇਸੇ ਤਰ੍ਹਾਂ ਜਿਹੜੇ ਦੂਸਰੇ ਕਾਲਜ ਨੇਗੇ ਚਾਹੇ ਖਾਲਸਾ ਕਾਲਜ ਲੈ ਲਓ ਚਾਹੇ ਫਤਿਹਗੜ੍ਹ ਸਾਹਿਬ ਲਓ ਇਹਨਾਂ ਸਾਰਿਆਂ ਥਾਵਾਂ ਦੇ ਉੱਤੇ ਇਹ ਜਿਹੜਾ ਹੈਗਾ ਇਹ ਸਕੱਤਰ ਨੇਗੇ ਜਿਹੜੇ ਉਹ ਬਾਹਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਮੈਂ ਚੋਣ ਵੀ ਇਸ ਕਰਕੇ ਲੜੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਮੈਨੂੰ ਵਿਦਿਅਕਦਾਰਾਂ ਦਾ ਕੋਈ ਤਜਰਬਾ ਸੀ ਕਿਉਂਕਿ ਮੈਂ ਆਪ 32-33 ਸਾਲ ਬਤੌਰ ਸਾਇੰਸ ਮਾਸਟਰ ਅਤੇ ਇਹ ਦੇ ਜਿਹਦੇ 'ਚੋਂ ਕੁਛ ਸਮਾਂ ਮੈਂ ਇੰਚਾਰਜ ਹੈਡ ਮਾਸਟਰ ਤੌਰ 'ਤੇ ਵੀ ਜ਼ਿੰਮੇਵਾਰੀਆਂ ਨਿਭਾਈਆਂ ਨੇਗੀਆਂ ਵੱਖ ਵੱਖ ਸਕੂਲਾਂ 'ਚ ਮੈਨੂੰ ਇਹ ਮੇਰੀ ਇੱਛਾ ਸੀ ਮਨ ਦੀ ਕਿ ਮੈਂ ਸਕੂਲਾਂ ਵਿੱਚ ਸੁਧਾਰ ਕਰੂੰਗਾ ਪਰ ਅਫਸੋਸ ਦੀ ਗੱਲ ਇਹ ਹੈ ਵੀ ਮਾਨਸਾ ਅਤੇ ਬਠਿੰਡੇ ਜ਼ਿਲ੍ਹੇ ਵਿੱਚ ਕੋਈ ਇੱਕ ਵੀ ਕਮੇਟੀ ਵਿੱਚ ਮੈਨੂੰ ਨਹੀਂ ਪਾਇਆ ਇਹਨਾਂ ਨੇ ਜੇ ਕਾਰਨ ਇਹ ਹੈ ਵੀ ਇਹ ਕਿੰਤੂ ਪਰੰਤੂ ਨਾ ਕਰੇ ਕਿਤੇ ਬੁਲਾਡੇ ਜਿਹੜਾ ਹੈਗਾ ਦੋ ਸਾਡੇ ਜਿਹੜੇ ਜਿਨ੍ਹਾਂ ਦਾ ਐਜੂਕੇਸ਼ਨ ਪੱਧਰ ਜਾਂ ਤਾਂ ਸਕੂਲ 'ਚ ਪੜ੍ਹੇ ਨਹੀਂ ਹਨ ਜਾਂ ਇੱਕ ਕਿਸੇ ਨੇ ਜੇ ਮੈਟ੍ਰਿਕ ਪਾਸ ਕੀਤੀ ਆ ਉਹਨੂੰ ਚੱਕ ਕੇ ਬੁਲਾਡਾ ਮੈਨੇਜਮੈਂਟ ਦਾ ਇਹਨਾਂ ਨੇ ਮੈਂਬਰ ਬਣਾਇਆ ਹੋਇਆ ਇਵੇਂ ਜੇਕਰ ਇਵੇਂ ਜੇਕਰ ਇੱਥੇ ਹੈਗਾ ਤਲਮੰਡੀ ਸਾਹਿਬੋ ਇੱਥੇ ਵੀ ਉਹ ਜਿਹੇ ਮੈਂਬਰ ਸਾਹਿਬਾਨ ਜਿਹੜੇ ਇਹਨਾਂ ਦੀ ਚੀਫ ਜੂਰੀ ਨੇ ਉਹੀ ਇਹਨਾਂ ਦੇ ਮੈਂਬਰ ਸੋ ਇਸ ਕਿਸਮ ਦਾ ਤੇ ਭਾਈ ਸਾਹਿਬ ਫਿਰ ਇਹ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਕਾਲੀ ਲੀਡਰਾਂ ਨੂੰ ਇਹ ਸੰਭਾਏ ਹੋਏ ਨੇ ਕਾਲਜ ਤੇ ਫਿਰ ਕਾਲਜ ਮਤਲਬ ਵਿੱਤੀ ਘਾਟੇ ਦਾ ਸ਼ਿਕਾਰ ਕਿਉਂ ਹੋ ਰਹੇ ਨੇ ਜੇ ਇਹਨਾਂ ਕੋਲ ਦੇ ਨੇ ਇਹ ਕਾਲਜ ਇਹਨਾਂ ਇਸ ਕਰਕੇ ਵਿੱਤੀ ਘਾਟੇ ਦਾ ਸ਼ਿਕਾਰ ਨੇ ਇਹਨਾਂ ਦੇ ਵਿੱਚ ਜਿਹੜੇ ਭਰਤੀ ਕੀਤੇ ਆ ਸਟਾਫ ਉਹ ਇਹਨਾਂ ਦੇ ਸਿਫਾਰਸੀ ਸਟਾਫ ਹੈ ਜਦੋਂ ਵੀ ਕਦੇ ਕੋਈ ਪ੍ਰਿੰਸੀਪਲ ਵਗੈਰਾ ਜਾਂ ਹੋਰ ਉਹਨਾਂ ਸਟਾਫ ਨੂੰ ਘੂਰਦਾ ਹੈਗਾ ਤਾਂ ਉਦੋਂ ਪਹਿਲਾਂ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਸਿਫਾਰਸ਼ ਆ ਜਾਂਦੀ ਹੈ ਵੀ ਇਹਨੂੰ ਤੁਸੀਂ ਇਹ ਐਕਸ਼ਨ ਨਹੀਂ ਲੈਣਾ ਜੇਕਰ ਕੋਈ ਪਿਛਲੇ ਸਮੇਂ 'ਚ ਸਿੱਧੂ ਸਾਹਿਬ ਡਾਇਰੈਕਟਰ ਸੀ ਉਸ ਟਾਈਮ ਦੀ ਗੱਲ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਫੀਲਡ ਦੇ ਵਿੱਚ ਜਾ ਕੇ ਕੁਛ ਸਕੂਲਾਂ ਕਾਲਜਾਂ ਨੂੰ ਚੈੱਕ ਕੀਤਾ ਜਾਵੇ ਉਹ ਜਦੋਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਆਪ ਦੱਸਿਆ ਕੀ ਕਰੀਏ ਵੀ ਜਦੋਂ ਸਕੂਲ 'ਚੋਂ ਚੈਕਿੰਗ ਕਰਨ ਤੋਂ ਬਾਅਦ ਬਾਹਰ ਪੈਰ ਪੁੱਟਦੇ ਉਦੋਂ ਪਹਿਲਾਂ ਸਾਨੂੰ ਟੈਲੀਫੋਨ ਖੜਕ ਜਾਂਦਾ ਕਿ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਟੀਚਰ ਨੇਗੇ ਪ੍ਰੋਫੈਸਰ ਨੇ ਜਿਹੜੇ ਉਹ SGPC ਮੈਂਬਰ ਤੋਂ ਲੈ ਕੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਜੁੜੇ ਨੇ ਜਾਂ ਉਹਨਾਂ ਦੇ ਪੁੱਤ ਧੀ ਨਾ ਜੀ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਗੁਰੂ ਨਾਨਕ ਕਾਲਜ ਬੁਲਾਡਾ ਹੈ ਗੁਰੂ ਨਾਨਕ ਕਾਲਜ ਬੁਲਾਡਾ ਜਿਹੜਾ ਹੈਗਾ ਉਹ ਉੱਥੇ ਹੀ ਜੇ ਅਸੀਂ ਗਿਣਤੀ ਕਰ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸਾਹਿਬਾਨ ਉਹਨਾਂ ਦੇ ਕਿੰਨੇ ਬੱਚੇ ਇਹ ਜਿਹੜੇ ਨੌਕਰੀ ਕਰ ਰਹੇ ਨੇ ਮੇਰਾ ਕਹਿਣਾ ਘੱਟੋ ਘੱਟ ਇੱਕ ਦਰਜਨ ਦੇ ਨੇੜੇ ਤੇੜੇ ਬੱਚੇ ਇਹਨਾਂ ਦੇ ਨਿਕਲਣਗੇ ਠੀਕ ਹੈ ਹਾਂਜੀ ਚਾਹੇ ਉਹ ਚਾਹੇ ਯੋਗ ਹੋਣ ਚਾਹੇ ਨਾ ਹੋਣ ਨਾ ਹੋਣ ਕੋਈ ਯੋਗ ਹੋ ਵੀ ਸਕਦਾ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਜਮਾ ਉਹਨਾਂ ਦਾ ਨੇੜਲਾ ਰਿਸ਼ਤੇ ਉਹਨਾਂ ਦੀ ਪੁੱਤੀ ਵੀ ਨਗੇ ਜਾਂ ਉਹਨਾਂ ਦੂਰ ਨਾਲ ਰਿਸ਼ਤੇਦਾਰੀ 'ਚ ਵੀ ਨਾ ਜੀ ਸੋ ਇਸ ਕਿਸਮ ਦੇ ਸਿਫਾਰਸੀ ਇਹ ਸਾਰੇ ਥਾਈ ਹੈ ਇਹ ਅਤੇ ਸਾਰੇ ਥਾਈ ਸਕੂਲਾਂ ਦੇ ਵਿੱਚ ਗਰੁੱਪਿੰਗ ਵੀ ਚੱਲਦੀ ਹੈ ਇਹਨਾਂ ਦੀ ਇਹ ਸਕੂਲਾਂ ਦੇ ਵਿੱਚ ਅਤੇ ਕਾਲਜਾਂ ਦੇ ਜਿਹੜੀ ਉਹ ਹੈਗੀ ਪੜਤਾਲ ਕਰਨੀ ਹੈ ਪੜ੍ਹਾਈ ਦੀ ਉਹ ਪ੍ਰੋਪਰ ਢੰਗ ਨਾਲ ਨਹੀਂ ਹੋ ਰਹੀ ਜੀ ਬਿਲਕੁਲ ਸੋ ਭਾਈ ਸਾਹਿਬ ਕਾਲਜਾਂ ਦੇ ਕਰਜ਼ਈ ਹੋਣ ਦਾ ਕੀ ਕਾਰਨ ਹੈ ਇਹ ਇਸ ਸਵਾਲ ਦਾ ਜਵਾਬ ਨਹੀਂ ਹਾਲੇ ਮਿਲ ਪਾ ਰਿਹਾ ਕਿ ਕਰਜ਼ਈ ਕਿਉਂ ਹੋ ਰਹੇ ਨੇ ਕਾਲਜ ਵਿੱਤੀ ਘਾਟੇ ਦਾ ਸ਼ਿਕਾਰ ਕਿਉਂ ਇਕੱਲੀ ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਕਿਉਂਕਿ ਜਦੋਂ ਵਿਦਿਆਰਥੀਆਂ ਦੇ ਨਾਲ ਹੀ ਫੀਸਾਂ ਤੋਂ ਆਮਦਨ ਆਉਣੀ ਹੈ ਕਾਲਜ ਨੂੰ
जे विद्यार्थी की गिणती वधूगी तो जो विद्यार्थियों के नाल गिणती वधन नाल जो उन्होंने फीसा नगियां वो आमदन वाधा कर रही जे विद्यार्थियों की गिणती घट हैगी देखो ये बहुत बड़ा नुकसान है जिन्होंने इन्होंने अदारों वाल ध्यान नहीं देना उन्होंने सिर्फ चौधर की खातर संभाल रखे ने अदारे मैं समझदा भी जिन्हें अदारों जिन्हें व्यक्तियों ने संभाल रखे ने कोई खास प्रबंध करने कोई ध्यान नहीं तो चंगी गल यह श्रोमणी गुरुद्वारा प्रबंधक कमेटी के मैंबर ही उन्होंने बकाया तौर पर स्कूलों में कमेटियां बन अध्यापक मापे तो श्रोमणी कमेटी मैंबर हो हर महीने हर या दो महीने बाद उन्होंने बकायदा मीटिंग होंगी होकायदा हो जो अध्यापक की कारगुजारी है बच्चों की जो पढ़ाई का कारगुजारी है वो उन्होंने संबंध में विचार वटांदरा करन निरसंदेह सुधार है जिहड़ा विद्यक खेत्र आ सकता है इवें जेकर कालजां दे विच है श्रोमणी कमेटी मैंबरां नूं तां ठीक है उन्होंने तो बहुते ऐं कह दिंदे ने तां श्रोमणी कमेटी मैंबर ना दाखल देण प्रिंसीपल भी शिकायत ला दिंदे ने सीधे प्रबंध में श्रोमणी कमेटी मैंबर बहुत सारे श्रोमणी कमेटी मैंबर आम असी मीटिंगां दे विच इह कहिंदे सुणे कि तां यार साडी शिकायत ही लाई जांदे ने ਯਾਨੀ ਕਿ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਉਹ ਕਹਿੰਦੇ ਹੋਣੇ ਚਾਹੀਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਭਾਵੇਂ ਆਈ ਜਾਣ ਉਹ ਲੀਡਰ ਆਈ ਜਾਂਦੇ ਨੇ ਜੀ ਉਹ ਪ੍ਰਿੰਸੀਪਲ ਜਿਹੜੇ ਨੇਗੇ ਉਹ ਚਲੋ ਉਹਨਾਂ ਨਾਲ ਰਾਬਤਾ ਰੱਖ ਕੇ ਉਹਨਾਂ ਨਾਲ ਕਦਮ ਤਲ ਕਰੀ ਜਾਂਦੇ ਨੇ ਜਿਹੜਾ ਜੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਕੋਈ ਦਾਖਲ ਦਿੰਦਾ ਵੀ ਹੈ ਸਾਡੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਸਕੂਲ ਹੈਗਾ ਉੱਥੇ ਉਹਨੇ 2 ਲੱਖ ਰੁਪਈਆ ਆਪਦਾ ਕੋਟਾ ਵੀ ਉੱਥੇ ਦਿੱਤਾ ਸਾਰਾ ਹਾਂਜੀ ਉਹ ਚਲ ਉੱਥੇ ਸਕੂਲ 'ਚ ਵਗ ਜਾਂਦਾ ਸੀਗਾ ਜੀ ਤਾਂ ਐਡੀ ਵੱਡੀ ਉੱਥੇ ਹੜਤਾਲ ਹੋਈ ਅਤੇ ਉਹਦੇ ਪੁਤਲੇ ਵੀ ਫੂਕੇ ਗਏ ਅਧਿਆਪਕਾਂ ਦੇ 2 ਗਰੁੱਪ ਬਣ ਗਏ ਬਹੁਤ ਤੁਸੀਂ ਅਹਿਮ ਸਵਾਲ ਪੁੱਛਿਆ ਬੀਬਾ ਇਹ ਬਹੁਤ ਅਹਿਮ ਸਵਾਲ ਹੈ ਅੱਜ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਨਾ ਇੰਜੀਨੀਅਰਿੰਗ ਕਾਲਜ ਸੀ ਜਾਂ ਵਿੱਦਿਅਕ ਜਾਂ ਇਹ ਕਹਿ ਲਓ ਮੈਡੀਕਲ ਇੰਸਟੀਟਿਊਸ਼ਨ ਸਨ ਜੋ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਚੱਲ ਰਹੇ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਬਾਬਾ ਬੰਦਾ ਸਿੰਘ ਕਾਲਜ ਫਤਿਹਗੜ੍ਹ ਸਾਹਿਬ ਇਹਨਾਂ ਕਾਲਜਾਂ ਨੂੰ ਰਾਮਦਾਸ ਕਾਲਜ ਅੰਮ੍ਰਿਤਸਰ ਰਾਮਦਾਸ ਮੈਡੀਕਲ ਇੰਸਟੀਚਿਊਸ਼ਨ ਅੰਮ੍ਰਿਤਸਰ ਇਹਨਾਂ ਇੰਸਟੀਚਿਊਸ਼ਨਾਂ ਦੇ ਵਿੱਚ ਇਹਨਾਂ ਨੇ ਟਰੱਸਟਾਂ ਕਿਉਂ ਬਣਾਏ ਜਦੋਂ ਕਿ ਪਹਿਲੇ ਹੀ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਨ ਸ਼੍ਰੋਮਣੀ ਕਮੇਟੀ ਵੀ ਕਾਰਗੁਜ਼ਾਰੀ ਵੀ ਇਹਨਾਂ ਦੀ ਠੀਕ ਆ ਰਹੀ ਸੀ ਹੁਣ ਇਹਨਾਂ ਦਾ ਜਦੋਂ ਟਰੱਸਟ ਬਣੇ ਨੇਗੇ ਤਾਂ ਇਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਬਿਲਕੁਲ ਨਹੀਂ ਦੇਖ ਰਹੀ ਪਿਛਲੇ 15 ਸਾਲਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਪਾਸ ਇਹਨਾਂ ਦਾ ਕੋਈ ਬਜਟ ਨਹੀਂ ਆਉਂਦਾ ਹੈ ਆਹ ਜੋ ਬਜਟ ਮੇਰੇ ਸਾਹਮਣੇ ਪਿਆ ਇਹ ਮੁੱਖ ਬਜਟ ਦਾ ਭਾਗ ਹਿੱਸਾ ਹੈਗਾ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਸਕੂਲ ਦੱਸਣਗੇ ਇਹ ਜਾਂ ਕਾਲਜ ਦੱਸੇ ਉਹਨਾਂ ਦਾ ਹੀ ਬਜਟ ਹੈ ਜਿਹੜੇ ਟਰੱਸਟਾਂ ਅਧੀਨ ਜੋ ਇੰਸਟੀਟਿਊਸ਼ਨ ਚੱਲ ਰਹੇ ਨੇ ਉਹਨਾਂ ਦਾ ਬਜਟ ਇਹਦੇ ਵਿੱਚ ਨਹੀਂ ਵਿਚਾਰਿਆ ਜਾਂਦਾ ਇਹਦਾ ਮਤਲਬ ਜਿਹੜੇ ਟਰੱਸਟ ਨੇ ਜਿਹੜੇ ਜਿਨ੍ਹਾਂ ਦੇ ਐਂ ਕਹਿ ਲਓ ਵੀ ਟਰੱਸਟ ਨੇ ਜਿਹੜੇ ਉਹ ਉਹਨਾਂ 'ਤੇ ਅਰਬਾਂ ਰੁਪਈਆਂ ਦੀ ਜਾਇਦਾਦ ਦੇ ਉੱਤੇ ਉਹ ਕਰੋੜਾਂ ਅਰਬਾਂ ਰੁਪਈਆਂ ਦੀ ਬਿਲਡਿੰਗ ਬਣੀ ਹੈ ਜੀ ਉਹ ਮਤਲਬ ਇੰਨਾ ਉਹ ਸਾਰਾ ਖਰਚਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈਗਾ ਔਰ ਉਹ ਹੁਣ ਇਸ ਵਕਤ ਉਹ 99 ਸਾਲਾਂ ਲੀਜ਼ ਉੱਤੇ ਇਹ ਟਰੱਸਟ ਬਣਾ ਕੇ ਉਹਨਾਂ ਨੂੰ ਦੇ ਰੱਖਿਆ ਤੁਸੀਂ ਦੇਖੋ ਮੀਰੀ ਪੀਰੀ ਇੰਸਟੀਟਿਊਸ਼ਨ ਸ਼ਾਹਬਾਦ ਮਾਰਕੰਡ ਹੈ 2005 ਦੇ ਵਿੱਚ ਉਹ 8 ਦਸੰਬਰ 2005 ਦੇ ਵਿੱਚ ਉੱਥੇ ਇੱਕ ਟਰੱਸਟ ਮੈਡੀਕਲ ਕਾਲਜ ਬਣਾਉਣ ਵਾਸਤੇ ਇੱਕ ਟਰੱਸਟ ਬਣਾ ਲਿਆ ਗਿਆ ਅਤੇ ਉੱਥੇ ਕਿਹਾ ਗਿਆ ਕਿ ਇਹ ਮੈਡੀਕਲ ਕਾਲਜ ਜਿਹੜਾ MBBS ਤੱਕ ਦੀ ਪੜ੍ਹਾਈ ਕਰਾਊਗਾ ਅਤੇ ਉਸ 'ਤੇ ਹੁਣ ਤੱਕ ਆਹ ਜਿਹੜੀ RTI ਇਨਫੋਰਮੇਸ਼ਨ ਆ ਇਹਦੇ 'ਚ ਦੱਸਿਆ ਗਿਆ ਕਿ ਇਹ 2017-18 ਤੱਕ 66 ਕਰੋੜ ਰੁਪਈਆ ਖਰਚ ਆ ਚੁੱਕਿਆ ਔਰ 17-18 ਤੋਂ ਬਾਅਦ ਅਪ ਟੂ ਹੁਣ 2022 ਤੱਕ ਦਾ ਜਿਹੜਾ ਇਹ 6 ਸਾਲਾਂ ਦਾ ਜਿਹੜਾ ਖਰਚਾ ਹੈਗਾ ਜਦੋਂ ਆਪਾਂ ਇਹ ਵਿੱਚ ਜੋੜਦੇ ਹਾਂ 1 ਅਰਬ 7 ਕਰੋੜ ਤੋਂ ਵੱਧ ਖਰਚਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਸਾ ਜਿਹੜਾ ਉੱਥੇ ਸ਼ਾਹਬਾਦ ਮਾਰਕੰਡਾ ਭੇਜਿਆ ਗਿਆ ਹੈਗਾ ਉਹ ਵੀ ਉੱਥੇ ਇਮਾਰਤ ਸਾਰੀ ਜਾਵੇ ਉੱਥੇ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਸਿਵਾਏ ਉੱਥੇ ਇੱਕ ਹਸਪਤਾਲ ਜਿਹੜਾ ਪਹਿਲਾਂ ਡਿਸਪੈਂਸਰੀ ਰੂਪ ਸੀ ਇੱਕ ਹਸਪਤਾਲ ਹੈਗਾ ਉਹਨੂੰ ਤਨਖਾਹ ਦੇਣ ਤੋਂ ਬਿਨਾਂ ਉੱਥੇ ਹੋਰ ਕੋਈ ਕੰਮ ਨਹੀਂ ਚੱਲ ਰਿਹਾ ਕੋਈ ਬੱਚਾ ਨਹੀਂ ਉੱਥੇ ਪੜ੍ਹ ਰਿਹਾ ਉੱਥੇ ਜਿਹੜੀ ਬਿਲਡਿੰਗ 'ਤੇ ਪੈਸਾ ਲੱਗਿਆ ਇੰਨਾ ਕਰੋੜਾਂ ਰੁਪਈਆ ਬਿਲਡਿੰਗ 'ਤੇ ਪੈਸਾ ਉਹ ਖਾਲੀ ਪਈ ਹੈ ਅਤੇ ਉੱਥੇ ਇਸ ਵਕਤ ਜਾ ਕੇ ਦੇਖਿਆ ਜਾ ਸਕਦਾ
अज तक कोई एक भी क्लास है जी आरंभ नहीं हुई, कोई बच्चा नहीं आरंभ हुआ। उसकी बिल्डिंग है जी नक्शा भी इन्होंने पास नहीं कराया। अच्छा। हाँ, तो इन्होंने इन्नी लापरवाही नाल उत्थे काम किया गा बहुत ज़्यादा। हुण देखो भी अरबा रुपया ला के एक बिल्डिंग सारी गई है, इन्ना पैसा उत्थे खर्च गुरद्वारा पातशाही पंजासी के गुरद्वारा विचों फंड वगैरह उत्थे ला दिते गए, फिर भी उत्थे कोई पढ़ाई शुरू नहीं हुई। इहदा कारण की अणगहली है, सिर्फ लापरवाही? बिल्कुल जी, अणगहली कह लो, लापरवाही कह लो। बाकी ट्रस्ट ने जिहड़े ओह आप महारे काम कर रहे हैं, ट्रस्टां दे विच इस वक्त 12 मैंबर नेगे जिहड़े ट्रस्ट दे, जिहड़े कह लो 3 परिवारां दे ही नाल ही संबंधित नेगे। दो उहदे विच श्रोमणी कमेटी मैंबर नेगे ते इक उहदे विच प्रधान साहब दे विच पा लैंदे ने। इस तरह ट्रस्ट होर भी ने, प्रधान साहब एसजीपीसी दे प्रधान साहब जी, कुछ मौजूदा कुछ ट्रस्ट अजिहे न जिहड़े विच मौजूदा प्रधान नूं बतौर प्रधान रखा जा रहा, कुछ ट्रस्ट अजिहे ने जिन्हां विच श्रोमणी गुरद्वारा प्रबंधक कमेटी का किसी का लागा देगा नहीं। ये ट्रस्ट भी दो किस्म के चल रहे हैं, वो बिल्कुल टोटली प्राइवेट ढंग ना चल रहे हैं। और दूसरी गल है भी इन्हां ट्रस्टां का जिहड़ा हैगा कई थाई तो श्रोमणी कमेटी का टकराव भी चल रहा है। अच्छा। और हाई कोर्ट के विच केस भी लड़ रहे हैं आपस में जी जी। तो पर जिहड़ी जिहड़ी मैं तुहानूं गल दसना चाहुंदा भी अज ये ट्रस्ट सारन की लोड़ ही क्यों पई, पिछले 20 साल पहला 20 सालों तो लैके ट्रस्ट सारे गए हैं, उदू पहला कोई ट्रस्ट नहीं सारे गए सी, उदू पहला श्रोमणी गुरुद्वारा प्रबंधक कमेटी के प्रबंध अधीन ही सब कुछ चलते सीगे और बड़ा ठीक चलते सीगे। आ 20 सालों का जो नगार आया गा विदकदारां च भी नगार आ गया, 20 सालों का जिहड़ा नगार आया आ देखो श्री गुरु ग्रंथ साहिब बिशप सिख यूनिवर्सिटी है फतेहगढ़ साहब, पहली गल तो है भी एको थां दे उत्ते बिशप सिख यूनिवर्सिटी बाबा बंदा सिंह बहादुर इंजीनियरिंग कॉलेज माता गुजरी कॉलेज तिने इंस्टीट्यूशन एक थां खड़े करते, आपसी टकरा तिना की पढ़ाई उत्थे भी हो रही है, उही सिलेबस उत्थे नगे उन्हां तिना इंस्टीट्यूशन विच कुछ के सिलेबस ने, बच्चों की गिणती है जी कितने बंडी गई। और हुण दो ट्रस्ट दो जिहड़े अदारे नेगे वो भारी घाटे में चल रहे हैं। अच्छा। बिशप सिख यूनिवर्सिटी जी 107 एकड़ जमीन दे विच सारी गई है। इस बिशप सिख यूनिवर्सिटी दे उत्ते 30 करोड़ रुपये का नवंबर 2016 दे विच कर्जा लिया गया, SBI बैंक तो लिया गया, वो 10 किस्तां दे विच वापस करना है, उसके उत्ते 34 करोड़ रुपया ब्याज पैना। अच्छा। जानी 64 करोड़ रुपया हो गया, 64 हर साल असीं 6 करोड़ 40 लख रुपया सालाना किस्त है जी श्रोमणी कमेटी मोड़ रही है, उत्थे कदे भी 3000 तक बच्चों की गिणती नहीं पहुंची, कितने 2700 है कितने 2800 है, हर उत्थे तकरीबन 400 के नेड़े तेड़े टीचिंग एंड नॉन टीचिंग स्टाफ है। ਤੇ ਉੱਥੇ ਕੈਪੈਸਿਟੀ ਕਿੰਨੀ ਹੈ, ਮਤਲਬ ਬੱਚਿਆਂ ਦੇ ਜੇ ਉੱਥੇ ਦੇਖ ਲਈਏ ਯੂਨੀਵਰਸਿਟੀ ਦੇ ਸਾਹਮਣੇ, ਯੂਨੀਵਰਸਿਟੀ ਦੇ ਮੁਤਾਬਕ ਤਾਂ ਕੈਪੈਸਿਟੀ ਤਾਂ ਬਹੁਤ ਹੈ, ਉੱਥੇ ਬੜਾ ਬੜਾ ਵੱਡਾ ਉਹ ਮਤਲਬ ਅਦਾਰਾ ਹੈ, ਬਿਲਕੁਲ ਅਦਾਰਾ ਹੈ, ਬਿਲਡਿੰਗ ਬਹੁਤ ਬਣੀ ਹੋਈ ਹੈ, ਕੋਰਸ ਵੀ ਬਹੁਤ ਨੇ, ਕੋਰਸ ਵੀ ਨੇ, ਬਿਲਡਿੰਗ ਬਹੁਤ ਹੈ, ਪਰ ਉੱਥੇ ਜਿਹੜੀ ਹੈ ਇਸ ਵਕਤ ਬੱਚਿਆਂ ਦੀ ਗਿਣਤੀ ਹੈ ਜਿਹੜੀ ਉਹ ਕਦੇ 3000 ਤੱਕ ਅੱਪੜੀ ਨਹੀਂ ਹੈ ਜੀ। ਤੇ ਉਹਦਾ ਕਾਰਨ ਵੀ ਕੀ ਹੈ, ਉੱਥੇ ਵੀ ਫਿਰ ਉਹੀ ਕਾਰਨ ਆ ਗਏ, ਜਿਹੜਾ ਸਟਾਫ ਭਰਤੀ ਕੀਤਾ ਗਿਆ ਉਹ ਬਹੁਤਾ ਲੰਬੀ ਇਲਾਕੇ 'ਚ ਹੈ ਜੀ, ਤੁਸੀਂ ਲਾ ਲਓ ਸਾਹਿਬ ਵੀ ਉੱਥੇ ਉਹਨਾਂ ਦੀਆਂ ਡਿਗਰੀਆਂ ਕੋਈ ਚੈੱਕ ਕੀਤੀ ਹੋਵੇ, ਉਹਨਾਂ ਦਾ ਜਿਹੜਾ ਹੈਗਾ ਵਿੱਦਿਅਕ ਕੈਰੀਅਰ ਹੈ ਜਿਹੜਾ ਉਹਨਾਂ ਦੇ ਅਧਿਆਪਕਾਂ ਦਾ ਦੇਖਿਆ ਤੱਕ ਨਹੀਂ ਗਿਆ ਹੈਗਾ, ਚੈਕਿੰਗ ਕਰਾਉਣ ਦੀ ਲੋੜ ਹੈ ਜਿਹੜੀ ਜੀ। ਇਸ ਤਰ੍ਹਾਂ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਯੂਨੀਵਰਸਿਟੀ ਨੂੰ ਵੀ ਇਹ ਬਹੁਤ ਪੈਸਾ ਦਿੱਤਾ, ਤਕਰੀਬਨ ਪਿਛਲੇ ਜੇ 5-6 ਸਾਲਾਂ ਦੀ ਗੱਲ ਹੀ ਲਈਏ ਹਰ ਸਾਲ 8-9 ਕਰੋੜ ਰੁਪਈਆ ਹਰ ਸਾਲ ਦਿੱਤਾ ਜਾ ਰਿਹਾ, ਉਹ ਬਕਾਇਦਾ ਸਹਾਇਤਾ ਵਿੱਚ 6 ਕਰੋੜ 40 ਲੱਖ ਤਾਂ ਇੱਕ ਸਹਾਇਤਾ ਦਿੱਤੀ ਜਾ ਰਹੀ ਹੈ, 8 ਕਰੋੜ ਰੁਪਈਆ ਇੱਕ ਸਹਾਇਤਾ ਦਿੱਤੀ ਜਾ ਰਹੀ ਹੈ ਹਰ ਸਾਲ, ਤਾਂ ਵੀ ਇਹ ਜਿਹੜਾ ਇੰਸਟੀਟਿਊਸ਼ਨ ਹੈ ਆਪਦੇ ਇਹ ਸਟਾਫ ਨੂੰ ਤਨਖਾਹ ਦੇਣ ਦੀ ਹਾਲਤ ਵਿੱਚ ਨਹੀਂ ਹੈ ਜੀ ਜੀ ਬਿਲਕੁਲ, ਅਤੇ ਉੱਥੇ ਹੜਤਾਲਾਂ ਹੋ ਰਹੀਆਂ ਨੇਗੀਆਂ, ਪਿਛਲੇ ਦਿਨੀ ਹੜਤਾਲ ਹੋਈ, ਕੁਛ ਅਧਿਆਪਕਾਂ ਨੂੰ ਉਹਨਾਂ ਨੇ ਟਰਮੀਨੇਟ ਵੀ ਕੀਤਾ ਹੈਗਾ ਜੀ, ਇਸ ਕਿਸਮ ਦੀ ਹੜਤਾਲ ਵੀ ਚੱਲੀ, ਉਹ ਅਧਿਆਪਕ ਜਿਹੜੇ ਮੰਗ ਕਰ ਰਹੇ ਸੀ ਤਨਖਾਹ ਦਿਓ ਹੈ ਜੀ, ਇਹ ਸਥਿਤੀ ਹੈ ਜਿਹੜੀ
ये इन्हां ट्रस्टां नहीं चल रही है। ये ट्रस्ट ने जिहड़े ये श्रोमणी कमेटी के जायदाद ते उस रहेंगे, श्रोमणी गुरुद्वारा प्रबंधक कमेटी के पैसे नाल उस रहेंगे, फिर ट्रस्टां नूं श्रोमणी कमेटी के अधीन लियाउणा चाहीदा। जे श्रोमणी कमेटी इहदे ट्रस्टां नूं आपदे अधीन नहीं लियांदी ते फिर ये जिहड़ा बजट विच जिहड़ा हर साल इन्हां नूं करोड़ां रुपया पैसा दिता जांदा ये बंद करना जी, नहीं मता पा के इहनूं बजट विच इहनूं ट्रस्ट तोड़ने चाहीदे ने। ते जे ट्रस्ट जिहड़ियां जायदादां ने जिहड़ियां जेकर कोई एक संस्था ने 30 साल तक वो ते कब्जा कर रख्या तो वह मगरों किवें छुट्टणगियां, कानूनी नुकता है। सो ये ट्रस्ट सार ने श्रोमणी कमेटी के प्रबंध के बराबर एक प्रबंध सारना बराबर का सरीक प्रबंध सारना ही सी। ये श्रोमणी कमेटी ढा लगी है, श्रोमणी कमेटी के प्रबंध में भी ढा लगी है, तो सगों ये ट्रस्ट त सारे गए न। जे श्रोमणी कमेटी साढ़े हथों निकल भी जाए तो ट्रस्टा तो साडा कब्जा रह जाए जी, यानी कि आप कह सकते हैं कि इनडायरैक्टली जो विद्यक अदारे ने ट्रस्टा के अधीन ही चले गए ने, कमेटी के रहे नहीं जे जिथे 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 आम जिथे ज्यादा महंगे जायदाद सी जिथे जिमें जिन्ह का बजट आमदन वाला है, जिमें अपना बल्ला गुरुद्वारा स्थान है, हस्पताल है गुरु श्री गुरु रामदास मेडिकल इंस्टीट्यूशन बल्ला, वह बहुत मतलब उत्थे प्रॉफिट में चल रहा वो प्राइवेट है। हाँ जी, ये जे घाटे वाले संस्थावान ने गिया ਉਹ ਇਹਨਾਂ ਇਹਨਾਂ ਨੇ ਕਿਤੇ ਉਹਨਾਂ ਨੇ ਟਰੱਸਟ ਨਹੀਂ, ਟਰੱਸਟ ਉੱਥੇ ਬਣਾਏ ਇਹਨਾਂ ਨੇ ਜਿੱਥੇ ਇਹਨਾਂ ਚਾਹੇ ਜ਼ਮੀਨਾਂ ਉੱਥੋਂ ਦੀਆਂ ਮਹਿੰਗੀਆਂ ਨੇ ਚਾਹੇ ਉੱਥੇ ਮਤਲਬ ਪ੍ਰਾਫਿਟ ਵੱਧ ਆ ਰਿਹਾ। ਇਹ ਇੱਕ ਬੜੀ ਬੇਈਮਾਨੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਸਾਰਾ ਕੁਛ ਜਿਹੜਾ ਕੀਤਾ ਪਿਛਲੇ 20 ਸਾਲਾਂ ਵਿੱਚ, 2 ਦਹਾਕਿਆਂ ਦੇ ਵਿੱਚ, 2 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਇਹ ਟਰੱਸਟਾਂ ਰੂਪ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਜਾਇਦਾਦਾਂ ਉੱਤੇ ਇੱਕ ਕਿਸਮ ਦਾ ਲੰਮੇ ਸਮੇਂ ਲਈ ਕਬਜ਼ਾ ਕਰਨ ਦਾ 99 ਸਾਲਾਂ ਲੀਜ਼ ਬਣਾ ਕੇ ਹੀ ਯਤਨ ਕੀਤਾ ਗਿਆ। ਇਹਨੂੰ ਕਿਵੇਂ ਤੋੜਿਆ ਜਾਊਗਾ ਇਹ ਸਿੱਖ ਸੰਗਤ ਲਈ ਬਹੁਤ ਵੱਡਾ ਸਵਾਲ ਹੈ। ਜੇਕਰ ਇਹਨਾਂ ਚੋਣਾਂ ਦੇ ਵਿੱਚ ਅੱਜ ਇਹ ਇਹਨਾਂ ਪ੍ਰਬੰਧ ਇਹਨਾਂ ਹੱਥ ਤੋਂ ਨਹੀਂ ਲਿਆ ਜਾਂਦਾ ਤਾਂ ਇਹ ਸਮਝ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਨੇ 1920 ਦੇ ਵਿੱਚ ਲੜਾਈ ਲੜ ਕੇ ਮਹੰਤ ਨਰਾਇਣੂ ਤੋਂ ਤਾਂ ਸ਼੍ਰੋਮਣੀ ਕਮੇਟੀ ਨੂੰ ਯਾਦ ਕਰਾ ਲਿਆ ਸੀ, ਇਹਨਾਂ ਨੂੰ ਯਾਦ ਕਰਾ ਹੀ ਨਹੀਂ ਜਾ ਸਕਦਾ ਇਹਨਾਂ ਤੋਂ ਜੀ ਬਿਲਕੁਲ। ਸੋ ਇਹਦੇ ਲਈ ਜਿਹੜਾ ਹੈਗਾ ਉਹ ਸਭ ਨੂੰ ਇਮਾਨਦਾਰੀ ਦਿਖਾਉਣੀ ਪਏਗੀ। ਔਰ ਕਿੰਨੀ ਜਿਹੜੀ ਚਿੰਤਾ ਵਾਲੀ ਜਾਣਕਾਰੀ ਸਾਡੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰੇ 2 ਤਰ੍ਹਾਂ ਦੇ ਘਾਟੇ ਨਾਲ ਜੂਝ ਰਹੇ ਨੇ, ਵਿੱਦਿਅਕ ਘਾਟਾ, ਉਸਦੇ ਨਾਲ ਆਰਥਿਕ ਘਾਟਾ। ਇਹ ਜਿਹੜਾ ਸਾਰਾ ਕੁਛ ਠੀਕ ਹੋ ਸਕਦਾ ਜੇ ਪ੍ਰਬੰਧਕ ਇਮਾਨਦਾਰ ਹੋਣ, ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਉਸਨੂੰ ਚਲਾਉਣ ਵਾਲੇ ਨੇ ਉਹ ਇਮਾਨਦਾਰ ਹੋਣ ਅਤੇ ਨਾਲ ਹੀ ਜਿਹੜੇ SGPC ਮੈਂਬਰ ਨੇ। ਹਾਂਜੀ ਭਾਈ ਸਾਹਿਬ, ਇੱਕ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਇਹ ਸਾਹਿਬ ਪ੍ਰਧਾਨ ਸਾਹਿਬ ਸਪੀਚ ਕਰ ਰਹੇ ਚਾਹੇ ਦੂਸਰੇ ਅਹੁਦੇਦਾਰ ਸਪੀਚ ਕਰਨ ਤਾਂ ਇਹ ਕਹਿ ਦਿੰਦੇ ਨੇ ਸਾਡੇ ਕੋਲ 2 ਯੂਨੀਵਰਸਿਟੀਆਂ ਨੇ, ਸਾਡੇ ਕੋਲ ਇੰਨੇ ਵਿੱਦਕਦਾਰ ਨੇਗੇ, 100 ਦੀ ਗਿਣਤੀ ਕਹਿ ਦਿੰਦੇ ਨੇਗੇ ਇਹ ਜਿਹੜਾ ਹੈਗਾ ਨਾ ਤਾਂ ਉਹ 2 ਯੂਨੀਵਰਸਿਟੀਆਂ ਦਾ ਸਾਡੇ ਕੋਲ ਹਿਸਾਬ ਕਿਤਾਬ ਹੁੰਦਾ ਹੈਗਾ, ਨਾ ਹੀ ਜਿਹੜੇ ਉਹ ਇੰਸਟੀਟਿਊਸ਼ਨ ਜਿਹੜੇ ਉਹ ਕਹਿ ਦਿੰਦੇ ਨੇ ਉਹਨਾਂ ਦਾ ਸਾਡੇ ਕੋਲ ਹਿਸਾਬ ਕਿਤਾਬ ਹੁੰਦਾ। ਇਹ ਸਿੱਖ ਸੰਗਤ ਨੂੰ ਇੱਕ ਭੁਲੇਖਾ ਹਰ ਵਾਰੀ ਖੜਾ ਕਰਦੇ ਆ, ਲਿਖਤਾਂ ਵਿੱਚ ਵੀ ਇਹਨਾਂ ਦਾ ਭੁਲੇਖਾ ਹੈ ਜਿਹੜਾ ਇਹਨਾਂ ਨੇ ਖੜਾ ਕੀਤਾ ਹੋਇਆ। ਐਤਕੀ ਬਜਟ ਵੀ ਤਾਂ ਰੱਖਿਆ ਹੈ ਨਾ ਵਿੱਦਿਅਕ ਅਦਾਰਿਆਂ ਲਈ, ਕਿੰਨਾ ਕੁ ਬਜਟ ਰੱਖਿਆ ਐਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੇ ਵਿੱਦਿਅਕ ਅਦਾਰਿਆਂ ਲਈ ਐਤਕੀ ਜੋ ਹੈਗਾ ਉਹ ਤਕਰੀਬਨ ਬਜਟ 2022-23 ਦਾ ਜਿਹੜਾ ਹੈਗਾ ਉਹ 237 ਕਰੋੜ ਰੁਪਇਆ ਰੱਖਿਆ ਗਿਆ ਇੱਕ ਸਾਲ। ਹਾਂ, ਇੱਕ ਸਾਲ ਦਾ 237 ਕਰੋੜ ਰੱਖਿਆ ਗਿਆ, ਕਿਸੇ ਸਾਲ ਲਗਾਤਾਰ ਮਤਲਬ ਹੈਗਾ ਜਿਹੜਾ ਚੱਲ ਰਿਹਾ ਹੈਗਾ 200 ਤੋਂ ਵੱਧ ਹੀ ਚੱਲ ਰਿਹਾ। ਹਾਂ, 200 ਤੋਂ ਵੱਧ ਹੀ ਚੱਲ ਰਿਹਾ, 237 ਕਰੋੜ ਰੁਪਇਆ ਇਸ ਸਾਲ ਰੱਖਿਆ ਗਿਆ। ਫਿਰ ਵੀ ਇਹ ਬਜਟ ਹੈ ਜਿਹੜਾ ਇਹ 28 ਕਰੋੜ 23 ਲੱਖ ਹੈ ਜਿਹੜਾ ਉਹ ਤੋਂ ਵੱਧ ਘਾਟੇ ਵਾਲਾ ਜੀ। ਸੋ SGPC ਦੇ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਦਾ ਕੀ ਹਾਲ ਹੈ, ਕੀ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ, ਇਸ ਦੇ ਵੱਲ ਜ਼ਰੂਰ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਵਿੱਦਿਆ ਦਾ ਦਾਨ ਇੱਕ ਵੱਡੇ ਦਾਨ ਦੇ ਵਜੋਂ ਮੰਨਿਆ ਜਾਂਦਾ ਹੈ ਅਤੇ ਇਸ ਜਿਹੜੇ ਇਹ ਵਿੱਦਿਅਕ ਅਦਾਰੇ ਨੇ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਰਾਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਵਿੱਦਿਆ ਦਾ ਦਾਨ ਹਾਸਲ ਕਰਦੇ ਨੇ ਅਤੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਵਿੱਦਿਆ ਜਿਹੜੀ ਉਹ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਜਿਹੜੇ ਲੈਕਚਰਾਰ ਭਰਤੀ ਕੀਤੇ ਹੋਏ ਨੇ, ਜਿਹੜੇ ਅਧਿਆਪਕ ਨੇ, ਉਹਨਾਂ ਨੂੰ ਵੀ ਸਮੇਂ ਸਿਰ ਤਨਖਾਹਾਂ ਦੇਣੀਆਂ ਚਾਹੀਦੀਆਂ ਨੇ। ਇਹ ਉਹਨਾਂ ਦਾ ਹੱਕ ਹੈ ਅਤੇ ਪ੍ਰੋਡਕਟੀਵਿਟੀ ਤਾਂ ਹੀ ਚੰਗੀ ਨਿਕਲੂਗੀ ਜੇ ਤੁਸੀਂ ਪੜ੍ਹਾਉਣ ਵਾਲਿਆਂ ਨੂੰ ਤਨਖਾਹਾਂ ਸਮੇਂ ਸਿਰ ਅਤੇ ਪੂਰੀਆਂ ਦਿਓਗੇ। ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਭਾਈ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ।